ਸਿੰਘ ਢਿੱਲੋਂ ਜਿਸ ਨੂੰ ਰਾਧਾ ਸਵਾਮੀ ਆਪਣਾ ਗੁਰੂ ਮੰਨਦੇ ਨੇ ਤੇ ਰਾਧਾ ਸਵਾਮੀਆਂ ਦਾ ਮੌਜੂਦਾ ਮੁਖੀ ਹੈ। ਕੁਝ ਸਾਲ ਪਹਿਲਾਂ ਦੀ ਗੱਲ ਹੈ, ਚੁੱਪ ਚੁਪੀਤਿਆਂ ਬਿਨਾਂ ਸਿਕਿਉਰਿਟੀ ਤੋਂ ਥੋੜੇ ਜਿਹੇ ਸੇਵਾਦਾਰ ਨਾਲ ਲੈ ਕੇ ਤੇ ਜਾਣਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਇਸਨੇ ਮੱਥਾ ਟੇਕ ਕੇ ਆਉਣਾ। ਡੇਰਾ ਬਿਆਸ ਸਤਸੰਗ, ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹਨਾਂ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਬਹੁਤ ਮੰਨੇ ਪ੍ਰਮੰਨੇ ਅਤੇ ਇਹਨਾਂ ਦੇ ਸ਼ਰਧਾਲੂ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਵੱਸਦੇ ਹਨ ਅਤੇ ਇਹਨਾਂ ਦੇ ਡੇਰੇ ਤੇ ਸ਼ਰਧਾਲੂਆਂ ਦਾ ਜਿਹੜਾ ਇਕੱਠ ਹੈ ਉਹ ਹਮੇਸ਼ਾ ਹੀ ਰਹਿੰਦਾ। ਦੱਸ ਦੇ ਕਿ ਉਹਨਾਂ ਨੂੰ ਜਦੋਂ ਕੈਂਸਰ ਹੁੰਦਾ ਹੈ ਤਾਂ ਉਹਨਾਂ ਦੇ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਇਆ ਜਾਂਦਾ ਅਤੇ ਗੁਰੂ ਮਹਾਰਾਜ ਜੀ ਦੇ ਅੱਗੇ ਅਸੀਸ ਝੁਕਾਉਂਦੇ ਰਹੇ ਹਨ। ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿਣਾ ਇੱਕ ਗੁਰਸਿੱਖ ਦਾ ਜੋ ਕਿ ਗੁਰੂ ਰਾਮਦਾਸ ਜੀ ਦੇ ਇਸ ਘਰ ਦੀ ਸੱਚੀ ਅਤੇ ਅਪਾਰ ਕਿਰਪਾ ਨੂੰ ਆਪਣੇ ਇੱਕ ਕਿੱਸੇ ਦੇ ਜ਼ਰੀਏ ਦੱਸ ਰਿਹਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੇਕਰ ਕੋਈ ਸੱਚੇ ਮਨ ਦੇ ਨਾਲ ਆਉਂਦਾ ਹੈ ਤਾਂ ਉਸਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ। ਉਹ ਚਾਹੇ ਕੋਈ ਰਾਜਾ ਹੋਵੇ, ਚਾਹੇ ਕੋਈ ਰੰਕ ਹੋਵੇ, ਕੋਈ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਕੋਈ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਜੇਕਰ ਉਹ ਸੱਚੇ ਮਨ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦਾ ਹੈ ਤਾਂ ਉਸਦੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਜਾਂ ਦੁੱਖ ਨੇ ਉਹ ਦੂਰ ਹੋ ਜਾਂਦੇ ਹਨ। ਅਤੇ ਇਸ ਗੁਰਸਿੱਖ ਨੇ ਆਪਣੇ ਕਿੱਸੇ ਦੇ ਜ਼ਰੀਏ ਇਹ ਵੀ ਦੱਸਿਆ ਕਿ ਕਿਵੇਂ ਇੰਨੇ ਵੱਡੇ ਡੇਰੇ ਦੇ ਮੁਖੀ ਨੂੰ ਵੀ ਜਦੋਂ ਮੁਸ਼ਕਲਾਂ ਆਈਆਂ ਤਾਂ ਉਹ ਗੁਰੂ ਰਾਮਦਾਸ ਜੀ ਦੇ ਘਰ ਆ ਕੇ ਦੂਰ ਹੋ ਗਈਆਂ। ਸਿੰਘ ਢਿੱਲੋਂ ਜਿਸ ਨੂੰ ਰਾਧਾ ਸਵਾਮੀ ਆਪਣਾ ਗੁਰੂ ਮੰਨਦੇ ਨੇ ਤੇ ਰਾਧਾ ਸਵਾਮੀਆਂ ਦਾ ਮੌਜੂਦਾ ਮੁਖੀ ਹੈ। ਕੁਝ ਸਾਲ ਪਹਿਲਾਂ ਦੀ ਗੱਲ ਹੈ, ਚੁੱਪ ਚੁਪੀਤਿਆਂ ਬਿਨਾਂ ਸਿਕਿਉਰਿਟੀ ਤੋਂ ਥੋੜੇ ਜਿਹੇ ਸੇਵਾਦਾਰ ਨਾਲ ਲੈ ਕੇ ਤੇ ਜਾਣਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਇਸਨੇ ਮੱਥਾ ਟੇਕ ਕੇ ਆਉਣਾ। ਕਈ ਦਿਨ ਜਾਂਦਾ ਰਿਹਾ, ਹਫ਼ਤੇ ਦੋ ਹਫ਼ਤਿਆਂ ਬਾਅਦ ਜਾਣਾ ਮੱਥਾ ਟੇਕ ਕੇ ਆਉਣਾ। ਇੱਕ ਦਿਨ ਪੱਤਰਕਾਰਾਂ ਨੇ ਦੇਖ ਲਿਆ ਤੇ ਜਾ ਕਰਕੇ ਪੁੱਛਿਆ, ਜੀ ਤੁਸੀਂ ਤੇ ਆਪਣੇ ਮਤ ਦੇ ਗੁਰੂ ਅਖਵਾਉਂਦੇ ਹੋ, ਇੱਥੇ ਮੱਥਾ ਟੇਕਣ ਆਉਣ ਦਾ ਪ੍ਰਯੋਜਨ ਕੀ ਹੈ, ਕਾਰਨ ਕੀ ਹੈ, ਕਿਸ ਵਾਸਤੇ ਆਉਂਦੇ ਹੋ? ਤੇ ਰਾਧਾ ਸਵਾਮੀ ਦੇ ਗੁਰੂ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ, ਕਹਿਣ ਲੱਗਾ, ਜੀ ਮੈਨੂੰ ਕੈਂਸਰ ਦਾ ਰੋਗ ਹੈ, ਮੈਂ ਸਤਿਗੁਰੂ ਰਾਮਦਾਸ ਜੀ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਉਂਦਾ, ਮੇਰਾ ਕੈਂਸਰ ਦਾ ਰੋਗ ਠੀਕ ਹੋ ਜਾਵੇ, ਸਾਧ ਸੰਗਤ ਜੀ ਭਾਵੇਂ ਗੁਰੂ ਦਾ ਸ਼ਰੀਕ ਬਣਦਾ। ਪਰ ਜਦੋਂ ਢਹਿ ਕੇ ਚਰਨੀ ਪੈ ਗਿਆ ਤੇ ਸਤਿਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਗੁਰਿੰਦਰ ਸਿੰਘ ਢਿੱਲੋਂ ਦਾ ਕੈਂਸਰ ਦਾ ਰੋਗ ਠੀਕ ਹੋ ਗਿਆ। ਤੇ ਪੱਤਰਕਾਰਾਂ ਨੇ ਪੁੱਛਿਆ, ਜੀ ਤੁਸੀਂ ਤੇ ਗੁਰੂ ਸਦਵਾਉਂਦੇ ਹੋ, ਆਪ ਨੂੰ ਗੁਰੂ ਅਖਵਾਉਂਦੇ ਹੋ, ਫਿਰ ਗੁਰੂ ਰਾਮਦਾਸ ਜੀ ਦੇ ਦਰ ਤੇ ਗੁਰੂ ਮੰਨ ਕੇ ਮੱਥਾ ਟੇਕਣ ਆਉਂਦੇ ਹੋ? ਤੇ ਗੁਰਿੰਦਰ ਸਿੰਘ ਢਿੱਲੋਂ ਨੇ ਫਿਰ ਗੁਰਬਾਣੀ ਦੀ ਪੰਕਤੀ ਪੜ੍ਹੀ ਸੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਗੁਰੂ ਨੇ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਸਾਧ ਸੰਗਤ ਜੀ ਪਖੰਡੀਆਂ ਨੂੰ ਵੀ ਗਾਹੇ ਬਗਾਹੇ ਇਸ ਦਰ ਤੇ ਝੁਕਣਾ ਹੀ ਪੈਂਦਾ ਹੈ। ਸਰ ਜਿਸ ਪੇ ਨਾ ਝੁਕ ਜਾਏ, ਉਸੇ ਦਰ ਨਹੀਂ ਕਹਤੇ, ਹਰ ਦਰ ਪੇ ਜੋ ਝੁਕ ਜਾਏ, ਉਸੇ ਸਰ ਨਹੀਂ ਕਹਤੇ। ਜਿੱਥੇ ਹੰਕਾਰੀਆਂ ਦੇ, ਪਖੰਡੀਆਂ ਦੇ, ਵਿਰੋਧੀਆਂ ਦੇ, ਸ਼ਰੀਕਾਂ ਦੇ, ਨਿੰਦਕਾਂ ਦੇ, ਜ਼ਾਲਮਾਂ ਦੇ, ਜਰਵਾਣਿਆਂ ਦੇ, ਸਾਰਿਆਂ ਦੇ ਸਿਰ ਆ ਕੇ ਨਾ ਝੁਕ ਜਾਣ, ਫਿਰ ਉਹ ਦਰ ਕਾਹਦਾ ਹੋਇਆ? ਐਸਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਔਰ ਡੇਰਾ ਬਿਆਸ ਮੁਖੀ ਨੇ ਖੁਦ ਆਪ ਆਖਿਆ ਸੀਗਾ ਜਦੋਂ ਅੰਮ੍ਰਿਤਸਰ ਮੱਥਾ ਟੇਕਣ ਗਏ ਆ, ਪੱਤਰਕਾਰਾਂ ਵੀਰਾਂ ਨੇ ਸਵਾਲ ਕੀਤਾ ਕਿ ਤੁਸੀਂ ਗੁਰੂ ਕਹਾਉਂਦੇ ਹੋ, ਕਹਿੰਦੇ ਨਹੀਂ ਮੈਂ ਗੁਰੂ ਨਹੀਂ ਹਾਂ, ਮੈਂ ਇੱਕ ਸੰਸਥਾ ਦਾ ਮੁਖੀ ਹਾਂ, ਗੁਰੂ ਗੁਰੂ ਗ੍ਰੰਥ ਸਾਹਿਬ ਨੇ ਤੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਤਾਂ ਹੀ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਬੱਚੇ ਆ ਉਹਨਾਂ ਦੇ ਆਨੰਦ ਕਾਰਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਤੇ ਆ, ਉਹਨਾਂ ਨੇ ਆਪਣੇ ਪੋਤਰਿਆਂ ਦੇ ਜਨਮ ਦਿਨ ਮਨਾਏ ਆ ਤੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਤੇ ਸਾਡੇ ਜਿਹੜੇ ਪੰਥ ਦੇ ਪ੍ਰਸਿੱਧ ਕੀਰਤਨੀਏ ਆ ਉਹ ਉਹਨਾਂ ਗੁਰਮਤਿ ਸਮਾਗਮਾਂ ਤੇ ਜਾ ਕੇ ਕੀਰਤਨ ਕਰਕੇ ਆਏ ਆ। ਪਰ ਖੈਰ, ਇੱਥੇ ਇਹ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਕਿਸੇ ਡੇਰੇ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਤਾਂ ਉਹ ਡੇਰਾ ਜਾਂ ਡੇਰੇ ਦਾ ਮੁਖੀ ਲੋਕਾਂ ਦੇ ਦੁੱਖ ਦੂਰ ਕਰਦਾ ਹੋਵੇ ਅਤੇ ਉਸ ਡੇਰੇ ਤੇ ਜਾਣ ਦੇ ਨਾਲ ਹੀ ਲੋਕਾਂ ਦੇ ਦੁੱਖ ਦੂਰ ਹੁੰਦੇ ਹੋਣ ਤਾਂ
ਡੇਰਾ ਮੁਖੀ ਨੂੰ ਕੀ ਲੋੜ ਪੈ ਗਈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਆ ਕੇ ਨਤਮਸਤਕ ਹੋ ਰਿਹਾ? ਇਸ ਦਾ ਮਤਲਬ ਉਸ ਡੇਰੇ ਦੇ ਵਿੱਚ ਵੀ ਕੋਈ ਨਾ ਕੋਈ ਕਮੀ ਹੋਵੇਗੀ, ਜਿਹੜਾ ਉਸ ਡੇਰੇ ਦੇ ਮੁਖੀ ਨੂੰ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਮਹਾਰਾਜ ਜੀ ਦੇ ਅੱਗੇ ਆ ਕੇ ਚੁੱਕਣਾ ਪੈ ਰਿਹਾ। ਸੋ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਡੇਰੇਵਾਦ ਦੇ ਵਿੱਚੋਂ ਨਿਕਲ ਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ, ਕਿਉਂਕਿ ਇੱਥੇ ਹੀ ਤੁਹਾਨੂੰ ਸਾਰੀਆਂ ਖੁਸ਼ੀਆਂ ਮਿਲ ਜਾਣਗੀਆਂ, ਇੱਥੇ ਹੀ ਸੰਗਤਾਂ ਦੀਆਂ ਜਿਹੜੀਆਂ ਝੋਲੀਆਂ ਨੇ ਉਹ ਖੁਸ਼ੀ ਦੇ ਨਾਲ ਭਰ ਜਾਣਗੀਆਂ। ਬਿਊਰੋ ਰਿਪੋਰਟ ਪ੍ਰਾਈਮ ਉਦੇ।